ਤਾਂ ਰੋਜ਼ ਆਸ ਲੈ ਕੇ ਆਉਂਦੇ ਹਾਂ ਜੀ ਲਈ ਵੀ ਫਾਂਸੀ ਦੀ ਸਜ਼ਾ ਹੋਵੇ। ਹੁਣ ਪਰਸੋਂ ਦੀ ਫਿਰ ਅਸੀਂ ਵੇਟ ਕਰ ਰਹੇ ਹਾਂ ਜੀ ਲਈ ਵੀ ਫਾਂਸੀ ਦੀ ਸਜ਼ਾ ਜੱਜ ਸਾਹਿਬ ਸੁਣਾਉਣ। ਫਿਰ ਮੈਂ ਤੁਹਾਡੇ ਚੈਨਲ ਲਈ ਫਿਰ ਮੈਂ ਬੇਨਤੀ ਕਰਦਾ ਲਈ ਵੀ ਜਿੰਨੇ ਵੀ ਚੈਨਲ ਨੂੰ ਦੇਖ ਰਹੇ ਸਾਰੇ ਅਰਦਾਸ ਕਰਿਓ ਜਿਹੜੀ ਫਾਂਸੀ ਦੀ ਸਜ਼ਾ ਪਰਸੋਂ ਸਵੇਰੇ 10 ਵਜੇ ਜੱਜ ਸਾਹਿਬ ਸੁਣਾਉਣ ਜੀ। ਤਾਂ ਰੋਜ਼ ਆਸ ਲੈ ਕੇ ਆਉਂਦੇ ਹਾਂ ਜੀ ਲਈ ਵੀ ਫਾਂਸੀ ਦੀ ਸਜ਼ਾ ਹੋਵੇ। ਹੁਣ ਪਰਸੋਂ ਦੀ ਫਿਰ ਅਸੀਂ ਵੇਟ ਕਰ ਰਹੇ ਹਾਂ ਜੀ ਲਈ ਵੀ ਫਾਂਸੀ ਦੀ ਸਜ਼ਾ ਜੱਜ ਸਾਹਿਬ ਸੁਣਾਉਣ। ਫਿਰ ਮੈਂ ਤੁਹਾਡੇ ਚੈਨਲ ਲਈ ਫਿਰ ਮੈਂ ਬੇਨਤੀ ਕਰਦਾ ਲਈ ਵੀ ਜਿੰਨੇ ਵੀ ਚੈਨਲ ਨੂੰ ਦੇਖ ਰਹੇ ਸਾਰੇ ਅਰਦਾਸ ਕਰਿਓ ਜਿਹੜੀ ਫਾਂਸੀ ਦੀ ਸਜ਼ਾ ਪਰਸੋਂ ਸਵੇਰੇ 10 ਵਜੇ ਜੱਜ ਸਾਹਿਬ ਸੁਣਾਉਣ ਜੀ। ਤਾਂ ਰੋਜ਼ ਆਸ ਲੈ ਕੇ ਆਉਂਦੇ ਹਾਂ ਜੀ ਲਈ ਵੀ ਫਾਂਸੀ ਦੀ ਸਜ਼ਾ ਹੋਵੇ। ਹੁਣ ਪਰਸੋਂ ਦੀ ਫਿਰ ਅਸੀਂ ਵੇਟ ਕਰ ਰਹੇ ਹਾਂ ਜੀ ਲਈ ਵੀ ਫਾਂਸੀ ਦੀ ਸਜ਼ਾ ਜੱਜ ਸਾਹਿਬ ਸੁਣਾਉਣ। ਫਿਰ ਮੈਂ ਤੁਹਾਡੇ ਚੈਨਲ ਲਈ ਫਿਰ ਮੈਂ ਬੇਨਤੀ ਕਰਦਾ ਲਈ ਵੀ ਜਿੰਨੇ ਵੀ ਚੈਨਲ ਨੂੰ ਦੇਖ ਰਹੇ ਸਾਰੇ ਅਰਦਾਸ ਕਰਿਓ ਜਿਹੜੀ ਫਾਂਸੀ ਦੀ ਸਜ਼ਾ ਪਰਸੋਂ ਸਵੇਰੇ 10 ਵਜੇ ਜੱਜ ਸਾਹਿਬ ਸੁਣਾਉਣ ਜੀ। ਤਾਂ ਰੋਜ਼ ਆਸ ਲੈ ਕੇ ਆਉਂਦੇ ਹਾਂ ਜੀ ਲਈ ਵੀ ਫਾਂਸੀ ਦੀ ਸਜ਼ਾ ਹੋਵੇ। ਹੁਣ ਪਰਸੋਂ ਦੀ ਫਿਰ ਅਸੀਂ ਵੇਟ ਕਰ ਰਹੇ ਹਾਂ ਜੀ ਲਈ ਵੀ ਫਾਂਸੀ ਦੀ ਸਜ਼ਾ ਜੱਜ ਸਾਹਿਬ ਸੁਣਾਉਣ। ਫਿਰ ਮੈਂ ਤੁਹਾਡੇ ਚੈਨਲ ਲਈ ਫਿਰ ਮੈਂ ਬੇਨਤੀ ਕਰਦਾ ਲਈ ਵੀ ਜਿੰਨੇ ਵੀ ਚੈਨਲ ਨੂੰ ਦੇਖ ਰਹੇ ਸਾਰੇ ਅਰਦਾਸ ਕਰਿਓ ਜਿਹੜੀ ਫਾਂਸੀ ਦੀ ਸਜ਼ਾ ਪਰਸੋਂ ਸਵੇਰੇ 10 ਵਜੇ ਜੱਜ ਸਾਹਿਬ ਸੁਣਾਉਣ ਜੀ। ਤਾਂ ਰੋਜ਼ ਆਸ ਲੈ ਕੇ ਆਉਂਦੇ ਹਾਂ ਜੀ ਲਈ ਵੀ ਫਾਂਸੀ ਦੀ ਸਜ਼ਾ ਹੋਵੇ। ਹੁਣ ਪਰਸੋਂ ਦੀ ਫਿਰ ਅਸੀਂ ਵੇਟ ਕਰ ਰਹੇ ਹਾਂ ਜੀ ਲਈ ਵੀ ਫਾਂਸੀ ਦੀ ਸਜ਼ਾ ਜੱਜ ਸਾਹਿਬ ਸੁਣਾਉਣ। ਫਿਰ ਮੈਂ ਤੁਹਾਡੇ ਚੈਨਲ ਲਈ ਫਿਰ ਮੈਂ ਬੇਨਤੀ ਕਰਦਾ ਲਈ ਵੀ ਜਿੰਨੇ ਵੀ ਚੈਨਲ ਨੂੰ ਦੇਖ ਰਹੇ ਸਾਰੇ ਅਰਦਾਸ ਕਰਿਓ ਜਿਹੜੀ ਫਾਂਸੀ ਦੀ ਸਜ਼ਾ ਪਰਸੋਂ ਸਵੇਰੇ 10 ਵਜੇ ਜੱਜ ਸਾਹਿਬ ਸੁਣਾਉਣ ਜੀ।